ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਆ ਕਾਫੀ ਸਾਰੇ ਵਰਕਰ ਨੇ ਆਪਣੀ ਆਧਾਰ ਦੀ ਡਿਟੇਲ ਜਿਹੜੀ ਪੋਸ਼ਨ ਟਰੈਕਰ ਤੇ ਫਿਲ ਕਰ ਲਈ ਹੈ ਕੁਝ ਜਣੇ ਰਹਿੰਦੇ ਉਹ ਵੀ ਫਿਲ ਕਰ ਲੋ ਹੁਣ ਤੁਸੀਂ ਆਪਣੀ ਡਿਟੇਲ ਦੇ ਨਾਲ ਨਾਲ ਹੈਲਪਰ ਦੀ ਡਿਟੇਲ ਵੀ ਫਿਲ ਕਰਨੀ ਆ ਉਹਦੇ ਹਾਸਤੇ ਤੁਸੀਂ ਹੈਲਪਰ ਤੋਂ ਉਹਦਾ ਆਧਾਰ ਕਾਰਡ ਤੇ ਬੈਂਕ ਦੀ ਕਾਪੀ ਮੰਗਵਾ ਲੈਣੀ ਆ ਮੰਗਵਾਉਣ ਤੋਂ ਬਾਅਦ ਤੁਸੀਂ ਕੀ ਇਹ ਪੋਸ਼ਨ ਟਰੈਕਰ ਐਪ ਨੂੰ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਤੁਸੀਂ ਥੋੜਾ ਵੇਟ ਕਰਨਾ ਜਦੋਂ ਤੁਹਾਡਾ ਡਾਟਾ ਸਿੰਕ ਹੋ ਕੇ ਪੋਸ਼ਨ ਟਰੈਕਰ ਓਪਨ ਹੋਊਗਾ ਇਹਦੇ ਵਿੱਚ ਹੁਣ ਤੁਸੀਂ ਹੈਲਪਰ ਦੀ ਜਿਹੜੀ ਡਿਟੇਲ ਭਰਨੀ ਹੈ ਉਹ ਬਿਲਕੁਲ ਉਹਦੇ ਆਧਾਰ ਨਾਲ ਮੈਚ ਹੋਣੀ ਚਾਹੀਦੀ ਹੈ ਜੇ ਕੋਈ ਥੋੜਾ ਬਹੁਤਾ ਵੀ ਡਿਫਰੈਂਸ ਰਹਿ ਗਿਆ ਉਹਦੀ ਡੇਟ ਆਫ ਬਰਥ 'ਚ ਜਾਂ ਨਾਮ 'ਚ ਤਾਂ ਉਹ ਜਿਹੜਾ ਡਾਟਾ ਵੈਰੀਫਾਈ ਨਹੀਂ ਹੋਊਗਾ 에ਰਰ ਆਊਗਾ ਆਪਾਂ ਨੂੰ ਉਹਦੇ ਵਿੱਚ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਥੱਲੇ ਜਿਹੜੀ ਬਾਟਮ ਤੇ ਆਪਣਾ ਰਾਈਟ ਹੈਂਡ ਸਾਈਡ ਤੇ ਆਪਸ਼ਨ ਬਣੀ ਹੈ ਮੋਰ ਇਹਦੇ ਉੱਪਰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਆਪਸ਼ਨਾਂ ਖੁੱਲ ਜਾਣਗੀਆਂ ਜਿਵੇਂ ਆਪਾਂ ਵਰਕਰ ਦਾ ਪ੍ਰੋਫਾਈਲ ਉੱਪਰੋਂ ਅਪਡੇਟ ਕਰਤਾ ਉਸ ਤੋਂ ਬਾਅਦ ਹੁਣ ਤੁਸੀਂ ਕਰਨਾ ਹੈ ਹੈਲਪਰ ਦਾ ਹੈਲਪਰ ਦਾ ਪ੍ਰੋਫਾਈਲ ਅਪਡੇਟ ਕਰਨਾ ਵਾਸਤੇ ਤੁਸੀਂ ਕੀ ਕਰਨਾ ਹੈ ਲਾਸਟ ਤੋਂ 4ਥ ਨੰਬਰ ਦੇ ਆਪਸ਼ਨ ਹੈਗੀ ਹੈ ਅਪਡੇਟ ਏਡਬਲਯੂਐਚ ਪ੍ਰੋਫਾਈਲ ਇਹਦੇ ਤੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੇ ਤੁਹਾਡੇ ਕੋਲੇ ਫਾਰਮ ਖੁੱਲ ਜੂਗਾ ਇਹਦੇ ਵਿੱਚ ਤੁਸੀਂ ਹੈਲਪਰ ਦਾ ਆਧਾਰ ਨੰਬਰ ਆਧਾਰ ਕਾਰਡੋਂ ਦਾ ਆਪਣੇ ਕੋਲੇ ਰੱਖ ਲੈਣਾ ਤੇ ਉਹਦਾ ਜੋ ਆਧਾਰ ਨੰਬਰ ਹੈਗਾ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਫਿਲ ਕਰਨ ਤੋਂ ਬਾਅਦ ਤੁਸੀਂ ਉਹਦਾ ਨਾਮ ਹੈ ਜੇ ਤਾਂ ਉਹਦਾ ਨਾਮ ਹੈਗਾ ਸਹੀ ਤਾਂ ਠੀਕ ਹੈ ਲਿਖਿਆ ਰਹੇਂ ਤਾਂ ਐਵੇਂ ਨਹੀਂ ਤਾਂ ਤੁਸੀਂ ਇਹਨੂੰ ਐਡਿਟ ਵੀ ਕਰ ਸਕਦੇ ਆਂ ਜੋ ਉਹਦੇ ਆਧਾਰ ਕਾਰਡ ਮੁਤਾਬਕ ਹੈ ਉਹੀ ਤੁਸੀਂ ਇੱਥੇ ਨਾਮ ਫਿਲ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਉਹਦੀ ਡੇਟ ਆਫ ਬਰਥ ਫਿਲ ਕਰਨੀ ਹੈ ਡੇਟ ਆਫ ਬਰਥ ਵਾਸਤੇ ਆਪਾਂ ਨੂੰ ਨਾ ਕੈਲੰਡਰ ਜਿਹੜਾ ਬੈਕ ਲ ਜਾਣਾ ਪਊਗਾ ਕਿਉਂਕਿ ਟਾਈਪ ਦੀ ਆਪਸ਼ਨ ਨਹੀਂ ਦਿੱਤੀ ਹੋਈ ਜਾਂਦੇ ਵਿੱਚ ਤਾਂ ਇਹਦੇ ਤੁਸੀਂ ਬੈਕ ਲ ਜਾ ਕੇ ਜੋ ਉਹਦੀ ਡੇਟ ਆਫ ਬਰਥ ਹੈ ਉਹ ਆਪਾਂ ਇੱਥੇ ਕਰਕੇ ਸਿਲੈਕਟ ਓਕੇ ਕਰ ਦੇਣੀ ਹੈ ਉਸ ਤੋਂ ਬਾਅਦ ਜੈਂਡਰ ਕੀ ਹੈ ਤਕਰੀਬਨ ਆਪਣ ਕੋਲ ਸਾਰੀਆਂ ਹੈਲਪਰ ਫੀਮੇਲ ਗਿਆ ਆਪਾਂ ਫੀਮੇਲ ਦੀ অপਸ਼ਨ ਸਿਲੈਕਟ ਕਰਨੀ ਹੈ ਈਮੇਲ ਆਈਡੀ ਜਿਹੜੀ ਆਪਸ਼ਨਲ ਹੈ ਜੇ ਤਾਂ ਹੈਗੀ ਹੈ ਤੁਸੀਂ ਫਿਲ ਕਰ ਸਕਦੇ ਨਹੀਂ ਤਾਂ ਇਹਨੂੰ ਖਾਲੀ ਵੀ ਛੱਡ ਸਕਦੇ ਹੋ ਮੋਬਾਈਲ ਨੰਬਰ ਚੈੱਕ ਕਰ ਲੈਣਾ ਜਿਹੜਾ ਆਟੋਫਿਲ ਆ ਰਿਹਾ ਪਹਿਲਾਂ ਜਿਹੜਾ ਮਤਲਬ ਕਿ ਪੋਸ਼ਣ ਤੇ ਆਪਾਂ ਭਰਿਆ ਹੋਇਆ ਤੁਹਾਡੇ ਜੋ ਵੀ ਮਲਾਜਮ ਨੇ ਬਲੌਕ ਕੋਆਰਡੀਨੇਟਰ ਨੇ ਭਰਿਆ ਹੋਇਆ ਜੇ ਤਾਂ ਉਹ ਸਹੀ ਹੈ ਤਾਂ ਠੀਕ ਹੈ ਜੇ ਨਹੀਂ ਸਹੀ ਤਾਂ ਇਹਨੂੰ ਵੀ ਤੁਸੀਂ ਕੱਟ ਕੇ ਦੁਬਾਰਾ ਸਹੀ ਕਰ ਸਕਦੇ ਆ ਜੋ ਵੀ ਨੰਬਰ ਤੁਸੀਂ ਦੇਣਾ ਚਾਹੋ ਨਾ ਦੇ ਸਕਦੇ ਇਸ ਤੋਂ ਇਲਾਵਾ ਹੈਲਪਰ ਦੀ ਕਿੰਨਾ ਚਿਰ ਹੋ ਗਿਆ ਉਹਨੂੰ ਐਜ਼ ਅ ਹੈਲਪਰ ਤੁਹਾਡੇ ਕੋਲੇ ਕੰਮ ਕਰਦਿਆਂ ਨੂੰ ਜੇ ਮੰਨ ਲਓ ਉਹਨੂੰ 12 ਸਾਲ ਹੋ ਗਏ ਤਾਂ ਇੱਥੇ 12 ਸਾਲ ਦਾ ਤਜਰਬਾ ਭਰਨਾ ਜੇ ਉੱਪਰ ਮਹੀਨੇ ਹੈਗੇ ਤਾਂ ਉਹ ਨਹੀਂ ਆਪਾਂ ਕਾਊਂਟ ਕਰਨੇ ਸਿਰਫ ਤੁਸੀਂ ਸਾਲਾਂ ਦੇ ਵਿੱਚ ਹੀ ਭਰਨਾ ਕਿਉਂਕਿ ਇਹਦੇ ਵਿੱਚ ਆਪਾਂ ਸਾਲਾਂ ਦੀ ਆਪਸ਼ਨ ਹੀ ਆਪਾਂ ਨੂੰ ਦਿੱਤੀ ਗਈ ਹੈ ਉਸ ਤੋਂ ਬਾਅਦ ਕੁਆਲਿਫਿਕੇਸ਼ਨ ਹੈਲਪਰ ਦੀ ਕੁਆਲਿਫਿਕੇਸ਼ਨ ਕੀ ਹੈ ਜੇ ਤਾਂ ਪ੍ਰਾਇਮਰੀ ਪਾਸ ਹੈ ਪੰਜਵੀਂ ਪਾਸ ਹੈ ਪ੍ਰਾਇਮਰੀ ਕਰ ਲਓ ਦਸਵੀਂ ਪਾਸ ਹੈ ਸਕੈਂਡਰੀ ਕਰ ਦਿਓ ਬੀਏ ਕੀਤੀ ਹੈ ਬੈਚਲਰ ਕਰ ਲਓ ਮਾਸਟਰ ਕੀਤੀ ਹੈ ਮਾਸਟਰ ਕਰ ਲਓ ਜਾਂ ਉਸ ਤੋਂ ਇਲਾਵਾ ਹਾਈ ਕੁਆਲਿਫਿਕੇਸ਼ਨ ਹੈਗੀ ਹੈ ਤੁਹਾਡੇ ਕੋਲ ਅਡੀ ਆਪਸ਼ਨ ਤੁਸੀਂ ਡਾਕਟੋਰੇਟ ਔਰ ਹਾਇਰ ਕਰ ਸਕਦੇ ਹੋ ਸਿਲੈਕਟ ਇਹਦੇ ਚ ਜੋ ਵੀ ਕੁਆਲਿਫਿਕੇਸ਼ਨ ਹੈ ਉਹਨੂੰ ਫਿਲ ਕਰ ਦੇਣਾ ਫਿਲ ਕਰਨ ਤੋਂ ਬਾਅਦ ਤੁਸੀਂ ਇਹਨੂੰ ਸਬਮਿਟ ਕਰ ਦੇਣਾ ਇਸ ਤੋਂ ਇਲਾਵਾ ਜੇ ਤੁਸੀਂ ਬੈਂਕ ਡਿਟੇਲ ਵੀ ਉਹਦੀ ਅਪਡੇਟ ਕਰਨਾ ਚਾਹੁੰਦੇ ਹੋ ਫਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਡੇਟ ਅਕਾਊਂਟ ਡਿਟੇਲ ਦੀ ਆਪਸ਼ਨ ਤੇ ਕਲਿੱਕ ਕਰ ਲੈਣਾ ਹੈ ਇਹਦੇ ਤੁਸੀਂ ਉਹਦਾ ਨਾਮ ਭਰਨਾ ਹੈ ਬੈਂਕ ਅਕਾਊਂਟ ਦੀ ਕਾਪੀ ਦੇ ਮੁਤਾਬਕ ਹੁਣ ਇੱਥੇ ਆਧਾਰ ਨਾਲ ਪੈਸੇ ਤਾਂ ਉਹਦਾ ਮੈਚ ਹੀ ਹੋਊਗਾ ਬੈਂਕ ਖਾਤਾ ਦਾ ਜਿਹੜੇ ਸਪੈਲਿੰਗ ਹੋਣਗੇ ਤੇ ਆਧਾਰ ਦੇ ਸਪੈਲਿੰਗ ਸੇਮ ਹੀ ਹੋਣਗੇ ਪਰ ਜੇ ਕੋਈ ਮਾੜਾ ਮੋਟਾ ਫਰਕ ਹੈ ਤਾਂ ਤੁਸੀਂ ਇੱਥੇ ਬੈਂਕ ਦੀ ਕਾਪੀ ਮੁਤਾਬਕ ਚੱਲਣਾ ਨੇਮ ਐਜ਼ ਪਰ ਬੈਂਕ ਅਕਾਊਂਟ ਉਹਦੇ ਬੈਂਕ ਖਾਤੇ ਦੇ ਵਿੱਚ ਉਹਦਾ ਕੀ ਨਾਮ ਚੱਲ ਰਿਹਾ ਉਹ ਨਾਮ ਤੁਸੀਂ ਇੱਥੇ ਫਿਲ ਕਰ ਦੇਣਾ ਉਸ ਤੋਂ ਬਾਅਦ ਆਈ ਐਫ ਐਸ ਸੀ ਕੋਡ ਫਿਲ ਕਰ ਦੇਣਾ ਜੋ ਵੀ ਹੁੰਦਾ ਹੈਗਾ ਉਸ ਤੋਂ ਬਾਅਦ ਤੁਸੀਂ ਬੈਂਕ ਦਾ ਨਾਮ ਕਿਹੜੀ ਬੈਂਕ ਦੇ ਵਿੱਚ ਖਾਤਾ ਹੁੰਦਾ ਉਸ ਤੋਂ ਬਾਅਦ ਬੈਂਕ ਅਕਾਊਂਟ ਨੰਬਰ ਜੋ ਵੀ ਹੈਗਾ ਹੁੰਦਾ ਫਿਲ ਕਰ ਦੇਣਾ ਥੱਲੇ ਸੇਮ ਹੀ ਉਹਨੂੰ ਆਪਾਂ ਫਿਰ ਦੁਬਾਰਾ ਰੀ ਟਾਈਪ ਕਰ ਦੇਣਾ ਕਰਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਸਬਮਿਟ ਕਰ ਦੇਣਾ ਜੇ ਡਿਟੇਲ ਆਪਾਂ ਬਿਲਕੁਲ ਸਹੀ ਭਰਾਂਗੇ ਤੇ ਸਬਮਿਟ ਦਾ ਬਟਨ ਹੈ ਜਿਹੜਾ ਹਾਈਲਾਈਟ ਹੋ ਜਾਊਗਾ ਰੈੱਡ ਕਲਰ ਚ ਇੱਥੋਂ ਤੁਸੀਂ ਸਬਮਿਟ ਕਰਕੇ ਉਹਨੂੰ ਸੇਵ ਕਰ ਸਕਦੇ ਆਂ ਇਸ ਤੋਂ ਇਲਾਵਾ ਜਿਹੜੀ ਡਿਟੇਲ ਹੈ ਇਹਨੂੰ ਤੁਸੀਂ ਫਿਲ ਕਰਕੇ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਡਾਟਾ ਜਿਹੜਾ ਆਪਣੇ ਆਪ ਸੇਵ ਹੋ ਜਾਊਗਾ ਉਸ ਤੋਂ ਬਾਅਦ ਜਦੋਂ ਆਧਾਰ ਦੀ ਸਾਈਟ ਨਾਲ ਵੈਰੀਫਾਈ ਹੋਊਗਾ ਤੇ ਜੇ ਤੁਹਾਡਾ ਡਾਟਾ ਬਿਲਕੁਲ ਸਹੀ ਹੋਇਆ ਤਾਂ ਉਹ ਮੈਚ ਹੋ ਜਾਊਗਾ ਤੇ ਡਾਟਾ ਜਿਹੜਾ ਵੈਰੀਫਾਈਡ ਹੋ ਜਾਊਗਾ ਜੇ ਉਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਨਾਮ ਦੇ ਸਪੈਲਿੰਗਾਂ 'ਚ ਮਿਸਟੇਕ ਹੈ ਜਾਂ ਡੇਟ ਆਫ ਬਰਥ ਗਲਤ ਫਿਲ ਹੋ ਗਈ ਹੈ ਜਾਂ ਕਈ ਵਾਰੀ ਕੀ ਹੁੰਦਾ ਕਈਆਂ ਲੜਕੀਆਂ ਦੇ ਜੈਂਡਰ ਗਲਤ ਲਿਖਿਆ ਹੋਇਆ ਹੈ ਉਹ ਵੀ ਤੁਸੀਂ ਧਿਆਨ ਰੱਖਣਾ ਹੈ ਉਥੇ ਫੀਮੇਲ ਹੀ ਲਿਖਿਆ ਹੋਣਾ ਚਾਹੀਦਾ ਮੇਲ ਨਹੀਂ ਹੋਣਾ ਚਾਹੀਦਾ ਜਿਵੇਂ ਸਾਡੇ ਜਿਵੇਂ ਡਾਲਸਨ ਕਰਨ ਨੂੰ ਅਸੀਂ ਅ ਡਾਟਾ ਉਹਨਾਂ ਦਾ ਪੋਰਸ਼ਨ ਟਰੈਕਰ ਤੇ ਅਪਲੋਡ ਕਰਦੇ ਤਾਂ ਕਈਆਂ ਲੜਕੀਆਂ ਦੇ ਉਥੇ ਮੇਲ ਲਿਖਿਆ ਹੋਇਆ ਸੀ ਤਾਂ ਉਸ ਕੇਸ ਦੇ ਵਿੱਚ ਡਾਟਾ ਜਿਹੜਾ ਉਹ ਫਿਲ ਨਹੀਂ ਹੋਊਗਾ ਇਸ ਕਰਕੇ ਤੁਸੀਂ ਧਿਆਨ ਰੱਖਣਾ ਵੀ ਜਿਹੜੀ ਡਿਟੇਲ ਆ ਉਹ ਬਿਲਕੁਲ ਆਧਾਰ ਨਾਲ ਮੈਚ ਹੋਣੀ ਚਾਹੀਦੀ ਹੈ ਜੋ ਉਥੇ ਨਾਮ ਦੀ ਸਪੈਲਿੰਗ ਹੈ ਜੋ ਉਥੇ ਡੇਟ ਆਫ ਬਰਥ ਹੈ ਜੈਂਡਰ ਹੈ ਉਹ ਸਾਰਾ ਸੇਮ ਉਸੇ ਤਰ੍ਹਾਂ ਹੀ ਫਿਲ ਹੋਣਾ ਚਾਹੀਦਾ ਇਹ ਕਰਨ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਨੂੰ ਫਾਰਮ ਨੂੰ ਸਬਮਿਟ ਕਰ ਸਕਦੇ ਹੋ ਧੰਨਵਾਦ